Channel Y. Channel Y. A South Asian Canadian channel. Hi, this is Priyanka Chopra and you are watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. Television. You are watching Channel Y. Channel Y. You are... Prime Minister, welcome. It's a pleasure to be back. Online, SouthAsianDaily.com. The biggest South Asian media group, Y Media. This part of the program is brought to you by Midweek Newspaper, published every Tuesday. Welcome back to Healthy Body, Healthy Mind. Today, I'm in the studio with Dr. Kamleshwar Kalia. And we're talking about arthritis. We're talking about how many types of arthritis can happen. And we're talking about what the key causes are. Like Dr. Saab has said, all the diseases start in the stomach. Dr. Saab, you're saying arthritis is starting in the stomach. It's starting in the stomach. ਤੇ ਹੁਣ ਕੀ ਕਰ ਸਕਦੇ ਹਾਂ ਹੁਣ ਅਸੀਂ ਸ਼ੁਰੂ ਤੋਂ ਹੋ ਗਈ ਹੈ ਪ੍ਰੋਬਲਮ ਕਟਾਈ ਜਾ ਸਕਦੀ ਹੈ ਜਾਂ ਰੋਕੀ ਜਾ ਸਕਦੀ ਹੈ ਕੁਝ ਅਸੀਂ ਠੀਕ ਕਰ ਸਕਦੇ ਹਾਂ ਆਪਣੇ ਖਾਣ ਪੀਣ ਵਿੱਚ ਕਿ ਕਿਸੇ ਤਰ੍ਹਾਂ ਜਿਹੜੀ ਪ੍ਰੋਬਲਮ ਹੈਗੀ ਕੰਟਰੋਲ ਹੋਣੀ ਸ਼ੁਰੂ ਹੋ ਜਾਏ ਬਿਲਕੁਲ ਜੀ ਅਸੀਂ ਇਹਨਾਂ ਨੂੰ ਕਟਾ ਵੀ ਸਕਦੇ ਹਾਂ ਠੀਕ ਵੀ ਕਰ ਸਕਦੇ ਹਾਂ ਅਤੇ ਰੋਕ ਵੀ ਸਕਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕਰ ਲਈ ਸੀ ਕਿ ਪ੍ਰੋਬਲਮ ਬੱਚਿਆਂ 'ਚ ਵੀ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਬੱਚੇ ਅੱਜ ਕੱਲ੍ਹ ਬਹੁਤ ਜੰਕ ਫੂਡ ਖਾਣਾ ਸ਼ੁਰੂ ਕਰਤਾ ਹੈ ਔਰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸਾਰਾ ਜਿਹੜੀ ਪ੍ਰੋਬਲਮ ਸਟਾਰਟ ਹੁੰਦੀ ਹੈ ਜਦੋਂ ਅਸੀਂ ਗਲਤ ਖਾਣ ਪਾਨ ਖਾਂਦੇ ਹਾਂ ਅਤੇ ਉਹਦੇ ਕਰਕੇ ਜਿਹੜਾ ਸਾਡੇ ਸਰੀਰ ਵਿੱਚ ਆਮ ਬਣਦਾ ਹੈ ਜਿਹਨੂੰ ਅਸੀਂ ਮੈਟਾਬੋਲਿਕ ਟੌਕਸਿਨ ਕਹਿੰਦੇ ਨੇ ਉਹੀ ਸਾਰੀ ਪ੍ਰੋਬਲਮ ਦੀ ਜੜ ਹੈਗੀ ਹੈ ਔਰ ਸਭ ਤੋਂ ਪਹਿਲਾਂ ਕਿ ਜਿਹੜਾ ਸਾਨੂੰ ਖਾਣਾ ਅਸੀਂ ਪਹਿਲਾਂ ਖਾਧਾ ਹੈ ਜਿੰਨੀ ਦੇਰ ਤੱਕ ਕਿ ਉਹ ਡਾਈਜੈਸਟ ਨਾ ਹੋ ਜਾਵੇ ਸਾਨੂੰ ਨੈਕਸਟ ਮੀਲ ਨਹੀਂ ਖਾਣਾ ਚਾਹੀਦਾ ਸਾਨੂੰ ਇਹ ਚੀਜ਼ ਨਹੀਂ ਦੇਖਣੀ ਚਾਹੀਦੀ ਕਿ ਹੁਣ ਜੀ ਸਵੇਰ ਦਾ ਟਾਈਮ ਹੈ ਦੁਪਹਿਰ ਦਾ ਟਾਈਮ ਹੈ ਅਤੇ ਸ਼ਾਮ ਦਾ ਟਾਈਮ ਹੈ ਮੈਂ ਖਾਣਾ ਹੀ ਖਾਣਾ ਹੈ ਤੁਸੀਂ ਦੇਖੋ ਕਿ ਤੁਹਾਨੂੰ ਭੁੱਖ ਲੱਗੀ ਹੈ ਜਾਂ ਨਹੀਂ ਲੱਗੀ ਹੈ ਜ਼ਬਰਦਸਤੀ ਨਾ ਖਾਓ ਘਰ ਦਾ ਜਿਹੜਾ ਫਰੈਸ਼ ਬਣਿਆ ਹੋਇਆ ਖਾਣਾ ਉਹੀ ਖਾਓ ਤੁਸੀਂ ਲਾਈਟ ਫੂਡ ਖਾਓ ਰਾਈਟ ਔਰ ਕੋਸ਼ਿਸ਼ ਕਰੋ ਕਿ ਵਿੱਚ ਥੋੜ੍ਹੇ ਦਿਨ ਇੱਕ ਅੱਧਾ ਦਿਨ ਵਿੱਚ ਹਫ਼ਤੇ 'ਚ ਫਾਸਟਿੰਗ ਵੀ ਕਰੋ ਫਾਸਟਿੰਗ ਕਰਨਾ ਤੁਹਾਡੇ ਇਸ ਬਾਡੀ ਨੂੰ ਜਿਹੜੇ ਕਿ ਟੌਕਸਿਨਸ ਜਿਹੜੇ ਬਾਡੀ 'ਚ ਇਕੱਠੇ ਹੋ ਜਾਂਦੇ ਨੇ ਉਹਨੂੰ ਡਾਈਜੈਸਟ ਕਰਨ ਵਿੱਚ ਉਹਨੂੰ ਰਿਲੀਜ਼ ਕਰਨ ਵਿੱਚ ਮਦਦ ਮਿਲਦੀ ਹੈ ਇਸੇ ਕਰਕੇ ਜਿਹੜੇ ਪੁਰਾਣੇ ਟਾਈਮ 'ਚ ਲੋਕ ਜਦੋਂ ਵਰਤ ਰੱਖਦੇ ਸੀਗੇ ਉਹਦੇ ਪਿੱਛੇ ਵੀ ਇੱਕ ਕਨਸੈਪਟ ਸੀ ਕਿ ਜਾਂ ਜੇ ਤੁਹਾਡਾ ਕੋਈ ਇੰਡਾਈਜੈਸ਼ਨ ਹੈ ਤਾਂ ਉਹ ਠੀਕ ਹੋਵੇ ਔਰ ਗਰਮ ਪਾਣੀ ਦਾ ਸੇਵਨ ਕਰੋ ਜਿਹੜਾ ਗਰਮ ਪਾਣੀ ਹੈ ਜਿਹੜਾ ਉਹ ਤੁਹਾਡਾ ਟੌਕਸਿਨਸ ਨੂੰ ਜਿਹੜੇ ਉਹ ਸਰੀਰ 'ਚ ਕੱਢਣ 'ਚ ਹੈਲਪ ਕਰਦਾ ਈਵਨ ਡਾਈਜੈਸ਼ਨ ਵਿੱਚ ਵੀ ਹੈਲਪ ਕਰਦਾ ਅਤੇ ਇਹਨਾਂ ਕਾਰਨਾਂ ਇਹ ਤੁਸੀਂ ਕਰੋਗੇ ਤਾਂ ਇਹ ਚੀਜ਼ਾਂ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਠੀਕ ਹੈ ਇੱਕ ਹੋਰ ਮੈਂ ਚੀਜ਼ ਦੇਖੀ ਕਿ ਜਿਨ੍ਹਾਂ ਜਦੋਂ ਲੋਕਾਂ 'ਚ ਆਰਥਰਾਈਟਿਸ ਹੋ ਜਾਂਦਾ ਅਤੇ ਉਹਨਾਂ ਦਾ ਇੱਕ ਮਨ ਬੜਾ ਦੁਖੀ ਜਿਹਾ ਰਹਿੰਦਾ ਔਰ ਉਹਨਾਂ ਦੀ ਇੱਕ ਨਾ ਅੰਦਰੋਂ ਜਿਵੇਂ ਕਹਿੰਦੇ ਨਾ ਕਿ ਇੱਕ ਹੁੰਦੀ ਹੈ ਤਾਕਤ ਤੁਹਾਨੂੰ ਫਾਈਟ ਕਰਨ ਦੀ ਜਾਂ ਕੁਛ ਕਰਨ ਦੀ ਉਹ ਖਤਮ ਜਿਹੀ ਹੋਣ ਲੱਗ ਜਾਂਦੀ ਹੈ ਅਤੇ ਮੇਰੇ ਖਿਆਲ 'ਚ ਜੋ ਤੁਸੀਂ ਦੱਸ ਰਹੇ ਹੋ ਕਿ ਥੋੜ੍ਹੀ ਜਿਹੀ ਆ ਚੀਜ਼ਾਂ ਕਰੋ ਥੋੜ੍ਹਾ ਜਿਹਾ ਉਹਨੂੰ ਕੰਟਰੋਲ 'ਚ ਲਿਆਓ ਔਰ ਮੈਂ ਪੁੱਛਣਾ ਚਾਹਾਂਗੀ ਕਿ ਆਯੁਰਵੇਦਾ ਦੇ ਅੰਦਰ ਰੂਮੇਟੋਇਡ ਆਰਥਰਾਈਟਿਸ ਦੇ ਜਾਂ ਆਸਟੀਓਆਰਥਰਾਈਟਿਸ ਦੇ ਕੋਈ ਥੈਰੇਪੀਜ਼ ਵੀ ਹੈਗੀਆਂ ਕੁਛ ਤੁਸੀਂ ਇਹਨਾਂ ਲੋਕਾਂ ਵਾਸਤੇ ਕਰ ਸਕਦੇ ਹੋ ਕਿ ਇਹਨਾਂ ਦੀ ਪੇਨ ਥੋੜ੍ਹੀ ਜਿਹੀ ਘੱਟ ਹੋ ਜਾਏ ਬਹੁਤ ਵਧੀਆ ਕੁਸ਼ਚਨ ਤੁਸੀਂ ਪੁੱਛਿਆ ਅੰਜੂ ਜੀ ਬੜਾ ਇੰਪੋਰਟੈਂਟ ਕੁਸ਼ਚਨ ਹੈ ਉਹ ਇਸ ਲਈ ਕਿਉਂਕਿ ਤੁਸੀਂ ਥੈਰੇਪੀਜ਼ ਬਹੁਤ ਜ਼ਿਆਦਾ ਨੇ ਟ੍ਰੀਟਮੈਂਟ ਵੀ ਬਹੁਤ ਅੱਛਾ ਕਾਰਗਰ ਟ੍ਰੀਟਮੈਂਟ ਹੈ ਦੋਨੋਂ ਬਿਮਾਰੀਆਂ ਵਾਸਤੇ ਰਿਊਮੇਟਾਇਡ ਵਾਸਤੇ ਵੀ ਅਤੇ ਆਸਟੀਓਆਰਥਰਾਈਟਿਸ ਵਾਸਤੇ ਠੀਕ ਹੈ ਲੇਕਿਨ ਅਸੀਂ ਦੇਖਿਆ ਗਿਆ ਕਿ ਜਦੋਂ ਵੀ ਕਿਸੇ ਨੂੰ ਦਰਦਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਕੋਈ ਕਰੀਮ ਹੈਗੀ ਤਾਂ ਦੇ ਦਿਓ ਕਰੀਮ ਲਗਾ ਲਈਏ ਕੋਈ ਤੇਲ ਹੈਗਾ ਤਾਂ ਦੇਖੋ ਤੇਲ ਲਾ ਲਈਏ ਪੇਨ ਕਿਲਰਸ ਖਾ ਲਈਏ ਇਹ ਕੋਈ ਟ੍ਰੀਟਮੈਂਟ ਨਹੀਂ ਹੈ ਇਹ ਅਸੀਂ ਉਸ ਚੀਜ਼ ਨੂੰ ਸਿਰਫ ਅਸੀਂ ਸਬਸਾਈਡ ਕਰਦੇ ਹਾਂ ਉਹਨੂੰ ਦਬਾਉਂਦੇ ਹਾਂ ਰਾਈਟ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਆਯੁਰਵੇਦ ਵਿੱਚ ਦੋਨੋਂ ਪ੍ਰੋਬਲਮਸ ਦਾ ਟ੍ਰੀਟਮੈਂਟ ਬਿਲਕੁਲ ਅਲੱਗ ਹੈ ਹੁਣ ਮੈਂ ਜੇ ਗੱਲ ਕਰਾਂ ਰਿਊਮੇਟਾਇਡ ਆਰਥਰਾਈਟਿਸ ਜਿਹਨੂੰ ਕਿ ਆਯੁਰਵੇਦ 'ਚ ਅਸੀਂ ਆਮ ਵਾਦ ਕਹਿੰਦੇ ਹਾਂ ਉਹਦਾ ਟ੍ਰੀਟਮੈਂਟ ਬਿਲਕੁਲ ਅਲੱਗ ਹੈ
ਆਸਟੀਓਆਰਥਰਾਈਟਿਸ ਜਿਹਨੂੰ ਕਿ ਸੰਧੀਗਤ ਵਾਤ ਕਹਿੰਦੇ ਆ, ਉਹ ਵੀ ਦਰਦਾਂ ਦੀ ਬਿਮਾਰੀ ਹੈ, ਜੋੜਾਂ ਦਰਦਾਂ ਦੀ, ਉਹਦਾ ਟ੍ਰੀਟਮੈਂਟ ਬਿਲਕੁਲ ਅਲੱਗ ਹੈ। ਅੱਛਾ, ਆਮ ਬਾਅਦ 'ਚ ਕੀ ਅਸੀਂ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਆਮ ਦਾ ਪਾਚਨ ਕਰਦੇ ਹਾਂ। ਆਮ ਮਤਲਬ ਜਿਹੜਾ ਕਿ ਟੋਕਸਿਨ ਸਾਡੇ ਅੰਦਰ ਸਰੀਰ 'ਚ ਇਕੱਠਾ ਹੋ ਗਿਆ, ਜਿਹੜਾ ਕਿ ਹੋਰ ਪ੍ਰੋਬਲਮਸ ਨੂੰ ਕ੍ਰੀਏਟ ਕਰਦਾ ਪਿਆ, ਉਹਨੂੰ ਅਸੀਂ ਸਰੀਰ 'ਚ ਉਹਨੂੰ ਹੀ ਡਾਇਜੈਸਟ ਕਰਨਾ, ਉਹਨੂੰ ਅਸੀਂ ਸਰੀਰ 'ਚੋਂ ਕੱਢਣਾ ਕਿਸੇ ਤਰੀਕੇ। ਅਤੇ ਇਸ ਕਰਕੇ ਅਸੀਂ ਇਸ ਕੇਸ ਵਿੱਚ ਸਭ ਤੋਂ ਪਹਿਲਾਂ ਜਿਹੜੀ ਡਾਇਜੈਸਟਿਵ ਫਾਇਰ ਹੈ ਪੇਸ਼ੈਂਟ ਦੀ, ਉਹਦੀ ਵਧਾਈ ਦੀ ਹੈ, ਉਹਦਾ ਜਿਹੜਾ ਪਾਚਨ ਹੈ ਉਹ ਠੀਕ ਕਰੀਦਾ। ਉਸ ਤੋਂ ਬਾਅਦ 'ਚੋਂ ਅਸੀਂ ਇਹਨੂੰ ਦਵਾਈਆਂ ਦੇਈ ਦੀਆਂ ਜਾਂ ਜਿਹੜੀ ਥੈਰੇਪੀਜ਼ ਜਿਹੜੀ ਤੁਸੀਂ ਗੱਲ ਕਰਦੇ ਹੋ, ਥੈਰੇਪੀ ਵਿੱਚ ਸਿੱਧੀ ਅਸੀਂ ਪਹਿਲਾਂ ਆਮ ਬਾਅਦ 'ਚ ਅਸੀਂ ਓਇਲ ਦੀ ਮਸਾਜ ਨਹੀਂ ਕਰਦੇ, ਪਹਿਲਾਂ ਉਹਦੀ ਅਸੀਂ ਜਿਹੜੀ ਹੈ ਡਰਾਈ ਫੋਮੈਂਟੇਸ਼ਨ ਕਰੀਦੀ ਹੈ, ਜਿਹਨੂੰ ਅਸੀਂ ਹੀਟ ਥੈਰੇਪੀ ਵੀ ਕਹਿੰਦੇ ਹਾਂ, ਲੇਕਿਨ ਉਹ ਡਰਾਈ ਹੁੰਦੀ ਹੈ, ਉਹਦੇ 'ਚ ਓਇਲ ਦਾ ਯੂਜ਼ ਨਹੀਂ ਕਰੀਦਾ। ਓਇਲ ਦਾ ਯੂਜ਼ ਉਦੋਂ ਕਰੀਦਾ ਜਦੋਂ ਆਮ ਜਿਹੜਾ ਉਹ ਡਾਇਜੈਸਟ ਹੋ ਗਿਆ। ਉਹ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਆਮ ਦਾ ਡਾਇਜੈਸਟ ਹੋ ਗਿਆ? ਕਿ ਜਿਹੜੀ ਤੁਹਾਡੇ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਸਟਿਫਨੈਸ ਹੁੰਦੀ ਬਾਡੀ 'ਚ, ਉਹ ਉਦੋਂ ਖਤਮ ਹੋ ਜਾਏਗੀ। ਮੋਰਨਿੰਗ ਸਟਿਫਨੈਸ ਜਿਹੜੀ ਹੈ ਉਹ ਜਦੋਂ ਚਲੀ ਜਾਏਗੀ, ਸਾਨੂੰ ਸਮਝ ਲੱਗ ਜਾਏਗੀ ਕਿ ਜੀ ਹੁਣ ਆਮ ਜਿਹੜਾ ਸਰੀਰ 'ਚੋਂ ਨਿਕਲ ਚੁੱਕਾ, ਹੁਣ ਅਸੀਂ ਜਿਹੜਾ ਵਾਤ ਦੋਸ਼ ਹੈ ਸਿਰਫ ਵਾਤ ਨੂੰ ਅਸੀਂ ਠੀਕ ਕਰਨਾ ਹੈ। ਫਿਰ ਅਸੀਂ ਸਰੀਰ ਅਸੀਂ ਬਾਡੀ ਜਿਹੜਾ ਅਭਿਅੰਗਾ, ਜਿਹਨੂੰ ਆਯੁਰਵੈਦਿਕ ਅਭਿਅੰਗਾ ਕਹਿੰਦੇ ਹਾਂ, ਮਸਾਜ ਕਰਦੇ ਹਾਂ ਡਿਫਰੈਂਟ ਮੈਡੀਕੇਟਡ ਹਰਬਲ ਓਇਲਸ ਦੇ ਨਾਲ ਜਿਹੜਾ ਕਿ ਸੂਟੇਬਲ ਹੈਗਾ, ਜਾਂ ਹੋਰ ਥੈਰੇਪੀਜ਼ ਕਰਦੇ ਹਾਂ ਜਿਹਦੀ ਕਿ ਮੈਂ ਪਿਛਲੇ ਸ਼ੋਅ 'ਚ ਵੀ ਕਈ ਵਾਰੀ ਗੱਲ ਕਰ ਚੁੱਕਿਆ ਹਾਂ। ਅਗਰ ਜੇ ਪਿੱਠ 'ਚ ਪ੍ਰੋਬਲਮ ਹੈ ਅਤੇ ਕਟੀ ਵਸਤੀ ਹੈ, ਗਰਦਨ 'ਚ ਪ੍ਰੋਬਲਮ ਹੈ ਅਤੇ ਗਰੀਵਾ ਵਸਤੀ ਹੈ, ਗੋਡਿਆਂ 'ਚ ਦਿੱਕਤ ਹੈ ਅਤੇ ਜਾਨੂ ਵਸਤੀ ਹੈ, ਔਰ ਜੇ ਪੇਸ਼ੈਂਟ ਨੂੰ ਨਾਲ ਕੋਈ ਸਟ੍ਰੈਸ ਹੋ ਗਿਆ, ਡਿਪਰੈਸ਼ਨ ਹੋ ਗਿਆ, ਅਤੇ ਸ਼ਿਰੋਧਾਰਾ ਥੈਰੇਪੀ ਹੈ ਉਹ ਨਾਲ ਇਹਦੇ ਨਾਲ ਕੀਤੀ ਜਾਂਦੀ ਹੈ। ਔਰ ਜਿਹੜਾ ਆਸਟੀਓਆਰਥਰਾਈਟਿਸ ਹੈ, ਇਹਦੇ ਵਿੱਚ ਵੀ ਅਸੀਂ ਥੈਰੇਪੀਜ਼ ਕਰਦੇ ਹਾਂ, ਲੇਕਿਨ ਇਹਦੇ 'ਚ ਅਸੀਂ ਸਟ੍ਰੇਟਵੇ ਅਸੀਂ ਕਿਉਂਕਿ ਓਲੀਏਸ਼ਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਵਾਤ ਜ਼ਿਆਦਾ, ਡਰਾਈਨੈਸ ਜ਼ਿਆਦਾ, ਜਿਹਦੇ ਕਰਕੇ ਇਹਦੀ ਪ੍ਰੋਬਲਮ ਵੱਧ ਰਹੀ ਹੈ, ਉਹਦੇ 'ਚ ਅਸੀਂ ਅਭਿਅੰਗਾ ਕਰ ਸਕਦੇ ਹਾਂ ਡਿਫਰੈਂਟ ਮੈਡੀਕੇਟਡ ਓਇਲ ਨਾਲ, ਅਤੇ ਸੇਮ ਥੈਰੇਪੀ ਜਿਹੜੀਆਂ ਹੋਰ ਦੱਸੀਆਂ ਉਹ ਵੀ ਅਸੀਂ ਕਰ ਸਕਦੇ ਹਾਂ। ਔਰ ਇਹਨਾਂ ਥੈਰੇਪੀਜ਼ ਤੋਂ ਇਲਾਵਾ ਕੁਛ ਆਯੁਰਵੇਦ 'ਚ ਬੜੀਆਂ ਵਧੀਆ ਜੜੀ ਬੂਟੀਆਂ ਨੇ ਜਿਨ੍ਹਾਂ ਦਾ ਪ੍ਰਯੋਗ ਕਰ ਸਕਦੇ ਹਾਂ, ਜਿਵੇਂ ਕਿ ਗੜੂਚੀ ਹੋ ਗਈ, ਯੋਗਰਾਜ ਗੁੱਗਲ ਹੋ, ਗੁੱਗਲ ਦਾ ਸੇਵਨ ਅਸੀਂ ਕਰ ਸਕਦੇ ਹਾਂ, ਸੌਂਠ ਹੈ, ਠੀਕ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਔਸ਼ਧੀਆਂ ਜਿਨ੍ਹਾਂ ਦਾ ਟ੍ਰੀਟਮੈਂਟ ਹੈਗੀ। ਹਾਂਜੀ, ਸਾਡਾ ਪ੍ਰੋਗਰਾਮ ਡਾਕਟਰ ਸਾਹਿਬ ਖਤਮ ਹੋਣ ਵਾਲਾ ਹੈ, ਅਤੇ ਅਸੀਂ ਫਿਰ ਦੁਬਾਰਾ ਇਸ ਪ੍ਰੋਗਰਾਮ 'ਤੇ, ਇਸ ਸਬਜੈਕਟ 'ਤੇ ਦੁਬਾਰਾ ਵੀ ਅਸੀਂ ਕਦੇ ਗੱਲ ਕਰਾਂਗੇ। ਮੈਂ ਚਾਹੁੰਦੀ ਹਾਂ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਆ ਸਾਡੇ ਨਾਲ ਹਰ ਹਫ਼ਤੇ ਜੁੜਨ, ਹਰ ਹਫ਼ਤੇ ਅਸੀਂ ਕੋਈ ਨਵੀਂ ਬਿਮਾਰੀ ਜਾਂ ਨਵੀਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ। ਤੁਹਾਡੀ ਸਿਹਤ ਵਾਸਤੇ ਬਾਰ ਬਾਰ ਸਬਜੈਕਟ ਲੈ ਕੇ ਆਉਂਦੇ ਹਾਂ ਨਵੇਂ ਨਵੇਂ। ਅੱਜ ਮੇਰੇ ਨਾਲ ਡਾਕਟਰ ਕਮਲੇਸ਼ਵਰ ਕਾਲੀਆ ਜੀ ਸੀਗੇ, ਜਿਨ੍ਹਾਂ ਨੇ ਮੇਰੇ ਨਾਲ ਡਿਸਕਸ਼ਨ ਕੀਤੀ ਆਰਥਰਾਈਟਿਸ ਦੇ ਬਾਰੇ ਦੇ ਵਿੱਚ। ਅਤੇ ਅਗਲੇ ਹਫ਼ਤੇ ਅਸੀਂ ਫਿਰ ਤੁਹਾਨੂੰ ਮਿਲਾਂਗੇ ਔਰ ਅਗਲੀ ਬਿਮਾਰੀ ਦੀ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ ਔਰ ਨਾਲ ਦੇ ਨਾਲ ਯਾਦ ਰੱਖੋ ਕਿ ਤੁਸੀਂ ਇਹਨਾਂ ਨੂੰ ਅਗਰ ਗੱਲ ਕਰਨਾ ਚਾਹੋ ਸ਼ੋਅ ਦੇ ਬਾਅਦ, ਤਾਂ ਤੁਸੀਂ ਫੋਨ ਕਰਨਾ 2896213050। ਡਾਕਟਰ ਸਾਹਿਬ ਅਗਲਾ ਅੱਧਾ ਘੰਟਾ ਇੱਥੇ ਬੈਠਣਗੇ ਔਰ ਤੁਹਾਡੇ ਫੋਨਾਂ ਦਾ ਜਵਾਬ ਦੇਣਗੇ। ਅਤੇ ਇਹਨਾਂ ਨਾਲ ਗੱਲ ਕਰਨਾ ਨਾ ਭੁੱਲਣਾ। ਔਰ ਵੈਸੇ ਵੀ ਅਗਰ ਤੁਹਾਨੂੰ ਕੋਈ ਟ੍ਰੀਟਮੈਂਟ ਚਾਹੀਦਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਅੱਧੇ ਘੰਟੇ ਦੇ ਬਾਅਦ ਵੀ ਫੋਨ ਕਰ ਸਕਦੇ ਹੋ, ਕੋਈ ਨਾ ਕੋਈ ਡਾਕਟਰ ਤੁਹਾਡੇ ਨਾਲ ਜ਼ਰੂਰ ਜੁੜੇਗਾ। ਫਿਰ ਮਿਲਾਂਗੇ ਅਗਲੇ ਹਫ਼ਤੇ। ਅੱਜ ਦੇ ਸ਼ੋਅ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ।